ਚਾਲ ਦੋਸਤੋ, ਮੈਂ ਤੁਹਾਡਾ ਆਪਣਾ ਪਾਲੀ ਫਾਦਿਲ ਅਤੇ ਅੱਜ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਪੰਜਾਬੀ ਸਾਹਿਤ ਜਗ ਦੀ ਅਜ਼ੀਮ ਸ਼ਖਸੀਅਤ ਸੁਖਵਿੰਦਰ ਰਾਮਪੁਰੀ ਜੀ। ਆਓ ਆਪਾਂ ਇਹਨਾਂ ਨਾਲ ਕੁਝ ਇਹਨਾਂ ਦੇ ਸਾਹਿਤ ਸੰਬੰਧੀ ਗੱਲਾਂ ਜਿਹੜੀਆਂ ਨੇ ਉਹਨਾਂ 'ਤੇ ਵਿਚਾਰ ਕਰਦੇ ਹਾਂ। ਸੁਖਵਿੰਦਰ ਰਾਮਪੁਰੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ। ਤੁਸੀਂ ਆਪਣੇ, ਪਹਿਲਾਂ ਤਾਂ ਅਸੀਂ ਪਿਛੋਕੜ ਤੋਂ ਗੱਲ ਕਰ ਰਹੇ ਹਾਂ, ਤੁਹਾਡਾ ਜੀਵਨ ਉਸ ਬਾਰੇ ਤੁਹਾਨੂੰ ਸਾਡੇ ਦਰਸ਼ਕਾਂ ਵਾਂਗੂ। ਹਾਂਜੀ, ਮੈਂ ਆਪਣੇ ਪਰਿਵਾਰ ਦਾ ਸਭ ਤੋਂ ਛੋਟਾ ਪੁੱਤਰ ਹਾਂ ਆਪਣੇ ਪਿਤਾ ਜੀ ਦਾ, ਅਤੇ ਬਾਕੀ ਦਾ ਪਰਿਵਾਰ ਤਾਂ ਜਿਹੜਾ ਸੀਗਾ ਉਹ ਆਲਮੋਸਟ ਸਮਾਪਤ ਹੋ ਗਿਆ। ਮੈਂ ਇੱਕੋ ਇੱਕ ਜੀ ਹਾਂ ਜਿਹੜਾ ਪਿਤਾ ਜੀ ਦੀ ਔਲਾਦ ਦੇ ਵਿੱਚੋਂ ਬਣ ਗਿਆ। ਮੇਰਾ ਪਿੰਡ ਰਾਮਪੁਰ ਹੈ, ਪਿਤਾ ਜੀ ਮੇਰੇ ਸੂਬੇਦਾਰ ਸੀ, ਅਤੇ ਮੈਂ ਪੜ੍ਹਨ ਵਿੱਚ ਬਹੁਤ ਤੇਜ਼ ਸੀ। ਪੜ੍ਹਨ ਵਿੱਚ ਤੇਜ਼ ਹੋਣ ਦੇ ਨਾਤੇ ਮੈਂ ਚਾਹੁੰਦਾ ਸੀ ਮੈਨੂੰ ਕਾਲਜ ਦੀ ਪੜ੍ਹਾਈ ਕਰਾਈ ਜਾਵੇ, ਲੇਕਿਨ ਮੈਨੂੰ ਕਾਲਜ ਦੀ ਪੜ੍ਹਾਈ ਨਹੀਂ ਕਰਵਾਈ। ਮੈਂ ਕਈ ਦਿਨ ਰੋਟੀ ਵੀ ਨਹੀਂ ਖਾਧਾ ਵੀ ਮੈਨੂੰ ਪੜ੍ਹਾਓ, ਕਿਉਂਕਿ ਮੈਂ ਬੜਾ ਹਾਈ ਫਸਟ ਡਿਵੀਜ਼ਨ ਸੀਗਾ। ਅਤੇ ਜਦੋਂ ਮੈਂ ਦੇਖਿਆ ਵੀ ਇਹਨਾਂ ਨੇ ਮੈਨੂੰ ਪੜ੍ਹਾਈ ਨਹੀਂ ਕਰਵਾਉਣੀ, ਫਿਰ ਮੈਂ ਆਪਣੀ ਮਾਤਾ ਜੀ ਦੇ ਕਹੇ 'ਤੇ ਰੋਟੀ ਖਾਣ ਲੱਗ ਗਿਆ। ਅਤੇ ਇਹਨਾਂ ਨੇ ਫਿਰ ਮੈਨੂੰ ਚੁਣਿਆ ਵੀ ਤੂੰ ਅਧਿਆਪਕ ਦੀ ਆਪਣਾ ਕੋਰਸ ਕਰਨਾ, ਬੜਾ ਸੌਖਾ ਜੀਵਨ ਹੈ। ਮੈਂ ਕੋਰਸ ਕਰ ਹੀ ਰਿਹਾ ਸੀਗਾ, ਇਨ ਬਿਟਵੀਨ ਸੀਗਾ, ਅਤੇ ਜਦੋਂ ਮੇਰਾ ਇਹਨਾਂ ਲੇਖਕਾਂ ਨਾਲ ਵਾਹ ਪਿਆ। ਮੈਂ ਅਥਲੈਟਿਕਸ ਦੇ ਆਪਣੇ ਅਭਿਆਸ ਕਰਦਾ ਕਰਦਾ ਲੇਟ ਹੋ ਗਿਆ ਐਤਵਾਰ ਵਾਲੇ ਦਿਨ, ਅਤੇ ਸਾਡੇ ਉਹ ਜਿਹੜਾ ਰੈਸਟ ਹਾਊਸ ਹੈ ਉੱਥੇ, ਜਾਣੀ ਮਤਲਬ ਸਾਡੇ ਜਿਹੜੇ ਆਪਣੇ ਸੁਰਜੀਤ ਰਾਮਪੁਰੀ, ਮਹਿੰਦਰ ਰਾਮਪੁਰੀ, ਗੁਰਚਰਨ, ਅਜੈ ਚਤਨਕਾਰ, ਸੰਤੋਖ ਸਿੰਘ ਧੀਰ, ਇਹ ਆਉਣੇ ਸ਼ੁਰੂ ਹੋ ਗਏ। ਮੈਂ ਵੀ ਉਹਨਾਂ ਵਿੱਚ ਬੈਠ ਗਿਆ ਪਿੱਛੇ ਜੇ ਆਪਣੇ ਸਪਾਈਕਲ ਕੋਕੇ, ਅਤੇ ਮੈਨੂੰ ਸੁਰਜੀਤ ਨੇ ਕਿਹਾ ਵੀ ਸੁਖਮਿੰਦਰ ਤੂੰ ਅੱਗੇ ਆ ਜਾ। ਮੈਂ ਕਹਿੰਦਾ ਵੀਰ ਜੀ ਮੈਂ ਇੱਥੇ ਪਿੱਛੇ ਬੈਠਾ, ਉੱਥੇ ਮੈਂ ਬੈਠਿਆ ਉੱਥੇ ਹੀ ਰਿਹਾ। ਚਲੋ ਖੈਰ, ਮੈਂ ਇਹਨਾਂ ਦੀਆਂ ਕਵਿਤਾਵਾਂ ਸੁਣੀਆਂ, ਇਹਨਾਂ ਦੀਆਂ ਕਵਿਤਾਵਾਂ ਸੁਣ ਕੇ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਮੀਟਿੰਗ ਕਦੋਂ ਹੁੰਦੀ ਆ? ਇਹ ਕਹਿੰਦੇ ਜੀ ਆਏ ਐਤਵਾਰ ਹੁੰਦੀ ਹੁੰਦੀ ਆ। ਉਦੋਂ ਆਏ ਐਤਵਾਰ ਹੁੰਦੀ, ਕਿਉਂਕਿ ਹੋਰ ਸਭਾ ਤਾਂ ਕੋਈ ਹੈ ਹੀ ਨਹੀਂ ਸੀ, ਬਹੁਤ ਘੱਟ ਸੁਭਾਵਾਂ ਸੀਗੀਆਂ। ਅਤੇ ਖੈਰ ਜੀ, ਚੱਲਦੇ ਚੱਲਦੇ ਮੈਂ ਇੱਕ ਕਵਿਤਾ ਲਿਖ ਕੇ ਲੈ ਗਿਆ। ਅੱਛਾ ਜੀ। ਉਹ ਆਪਣੇ ਹਿਸਾਬ ਨਾਲ ਵੀ ਦੇਖੇ, ਕਿਤੇ ਪਿੱਲਾ ਨਾ ਬੈਠੇ, ਆਪਣਾ ਆਪ ਗੁਆ ਨਾ ਬੈਠੇ, ਸੁਣੋ ਵਾਕਿਆ ਸ਼ੈਲ ਜੁਆਨਾ। ਜਦੋਂ ਮੈਂ ਇੱਕ ਕਵਿਤਾ ਸੁਣਾਈ ਤਾਂ ਮੇਰੇ ਚਾਚਾ ਜੀ ਲੱਗਦੇ ਸੀਗੇ ਮਹਿੰਦਰ ਰਾਮਪੁਰੀ ਜੀ, ਉਹਨਾਂ ਨੇ ਮੈਨੂੰ ਗਾਲ ਕੱਢ ਕੇ ਕਿਹਾ ਕਵਿਤਾ ਇਹੋ ਜਿਹੀ ਹੁੰਦੀ ਆ। ਅੱਛਾ ਜੀ। ਮੈਂ ਕਿਹਾ ਚਾਚਾ ਜੀ ਜਿਹੋ ਜਿਹੀ ਕਵਿਤਾ ਹੁੰਦੀ ਆ ਉਹ ਦੱਸ ਦਿਓ। ਉਹਨਾਂ ਨੇ ਆਪਣੀ ਇਸ਼ਕੀ ਮੁੱਖ ਦੀ ਕਵਿਤਾ ਸੁਣਾਈ। ਪੜ੍ਹਨ ਦਾ ਤਾਂ ਮੈਂ ਥੋੜ੍ਹਾ ਜਿਹਾ ਮੁੜਦਾ ਹੀ ਸ਼ੌਕੀ ਸੀਗਾ, ਕਿਤਾਬਾਂ ਕਿਤਾਬਾਂ ਬੜੀਆਂ ਪੜ੍ਹਦਾ ਸੀਗਾ, ਲੇਕਿਨ ਇੱਕ ਗੱਲ ਫਿਰ ਉਸ ਦਿਨ ਮੈਂ ਮੱਥ ਲਈ ਬਈ ਮੈਂ ਹੁਣ ਲਿਖੂੰਗਾ। ਮੈਂ 35 ਸਾਲ ਇਮਾਨਦਾਰੀ ਨਾਲ ਦੱਸਦਾ, 2 ਵਜੇ ਤੋਂ ਬਾਅਦ ਕਦੇ ਮੇਰੇ 'ਤੇ ਪਿੱਠ ਲੱਗ ਗਈ, ਔਰ ਕਿਤਾਬ ਜਿਹੜੀ ਵੀ ਆਉਂਦੀ ਪੜ੍ਹਦਾ, ਜਿਹੜੀ ਵੀ ਆਉਂਦੀ ਪੜ੍ਹਦਾ। ਮੈਂ ਕਿਉਂਕਿ ਅਭਿਆਸ ਕਰਨ ਦਾ ਆਦੀ ਸੀਗਾ, ਮੈਂ ਕਵਿਤਾ ਦਾ ਅਭਿਆਸ ਕਰਦਾ। ਜੁਲਾਈ 1957 ਨੂੰ ਜਦੋਂ ਮੇਰੀ ਕਵਿਤਾ ਪੀਤਲੜੀ 'ਚ ਛਪੀ ਤਾਂ ਮਹਿੰਦਰ ਰਾਮਪੁਰ ਅਤੇ ਸੁਰਜੀਤ ਮੈਨੂੰ ਭਾਲ ਦੇ ਕਰ ਕਦੇ ਮਿਲੀ। ਮੈਂ ਮੇਰੇ ਘਰ ਗਏ, ਮਾਤਾ ਜੀ ਕਹਿੰਦੇ ਵੀ ਪਤਾ ਨਹੀਂ ਵੀ ਇੱਥੋਂ ਮਹਿੰਦਰ ਸਿੰਘ ਵੀ ਕਿਤਾਬ ਚੱਕੀ ਹੋਈ ਸੀ, ਜਾਂ ਤਾਂ ਬਾਗ 'ਚ ਹੋਊਗਾ ਅਤੇ ਜਾਂ ਕਿਤੇ ਨਹਿਰ ਦੇ ਠੰਡੇ ਬੱਚਾ ਪੜ੍ਹਦਾ ਹੋਣਾ। ਚਲੋ ਖੈਰ, ਮੈਨੂੰ ਭਾਲਦੇ ਭਾਲਦੇ ਇਹ ਮੈਨੂੰ ਆ ਕੇ ਉੱਥੇ ਆਪਣੇ ਪੁਲ 'ਤੇ ਮਿਲ ਗਏ। ਵਧਾਈਆਂ ਵੀ ਵਧਾਈਆਂ, ਮੈਂ ਕਿਹਾ ਜੀ ਕਾਹਦੀਆਂ ਵਧਾਈਆਂ? ਅਤੇ ਕਹਿੰਦੇ ਵੀ ਤੇਰੀ ਕਵਿਤਾ ਛਪੀ ਆ ਪੀਤਲ ਦੀ, ਤੇਰਾ ਕਹਿੰਦੇ ਮੇਰੀ ਤਾਂ ਛਪੀ। ਮੈਂ ਸਭ ਜਵਾਬ ਦੇ ਦਿੱਤਾ। ਫਿਰ ਸੁਰਜੀਤ ਰਾਮਪੁਰ ਕਹਿੰਦੇ ਸਾਲਾ ਸੁਖਮਿੰਦਰ ਹੋਰ ਕਿਹੜਾ ਜੰਮ ਪਿਆ ਰਾਮਪੁਰ 'ਚ, ਵਧੀਆ ਤਾਂ ਪਤਾ ਨਹੀਂ ਭਾਲ ਲਓ। ਚਲੋ ਖੈਰ, ਖਾਸੀ ਦੇਰ ਤੋਂ ਬਾਅਦ ਇਹਨਾਂ ਨੂੰ ਮੈਂ ਦੱਸਿਆ ਵੀ ਉਹ ਕਵਿਤਾ ਮੇਰੀ ਸੀ। ਉਹ ਕਵਿਤਾ ਕੀ ਸੀ? ਪਿਆਰ ਮੇਰੇ ਦੇ ਲੱਖਾਂ ਦੀਵੇ ਬਲਦੇ ਗਗਨ ਸਿਤਾਰੇ, ਇੱਕ ਦੀਵੇ ਦੀ ਪਾਲ ਉਹਦੀ ਰਾਜ ਕਰਾ। ਯਾਨੀ ਇਹ ਉਸ ਵੇਲੇ ਜਦੋਂ ਨਾ ਸੱਟ ਲੱਗੀ ਹੋਵੇ, ਅੱਜ ਵੀ ਜਦੋਂ ਮੈਂ ਕੋਈ ਗੀਤ ਰੋਕਣਾ ਕਰਦਾ, ਅੱਜ ਵੀ ਜਦੋਂ ਮੈਂ ਕੋਈ ਕਹਾਣੀ ਲਿਖਦਾ, ਅੱਜ ਵੀ ਜਦੋਂ ਮੈਂ ਕੋਈ ਟੁਕੜੀ ਯਾਦ ਜ਼ਿੰਦਗੀ ਦੀ ਯਾਦ ਲਿਖਦਾ, ਤਾਂ ਉਹ ਗਾਲ ਮੇਰੀ ਅਜੇ ਵੀ ਮੇਰੇ ਮੇਜ਼ 'ਤੇ ਪਈ। ਚਾਹੇ ਉਹ ਚਾਚਾ ਜੀ ਨਹੀਂ ਰਹੇ, ਪਰ ਮੈਂ ਉਹਨਾਂ ਦਾ ਇੰਨਾ ਧੰਨਵਾਦੀ ਹਾਂ ਵੀ ਉਹਨਾਂ ਨੇ ਮੈਨੂੰ ਗਰਾਊਂਡ 'ਚੋਂ ਕੱਢ ਕੇ ਇਹੋ ਜਿਹੇ ਗਰਾਊਂਡ ਵਿੱਚ ਖੇਡਣ ਲਾਇਆ ਜਿਸ ਗਰਾਊਂਡ ਦਾ ਪਰਾਵਾਰ ਹੀ ਨਹੀਂ ਕੋਈ, ਜਿਹਦੇ ਜਿਹੜਾ ਸਾਰੇ ਸੰਸਾਰ 'ਤੇ ਫੈਲਿਆ ਹੋਇਆ।
ਨਿੱਕੇ ਜਿਹੇ ਗਰਾਊਂਡ 'ਚੋਂ ਐਡੇ ਵੱਡੇ ਗਰਾਊਂਡ 'ਚ ਮੈਨੂੰ ਲੈ ਕੇ ਆਏ, ਮੈਂ ਉਹਨਾਂ ਦਾ ਬੜਾ ਧੰਨਵਾਦ ਹੋਇਆ। ਪਹਿਲਾਂ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਪਹਿਲਾਂ ਮੈਂ ਕੇਵਲ ਕਵਿਤਾ ਹੀ ਲਿਖਦਾ ਸੀ। ਸੁਰਜੀਤ ਹੋਣੀ ਗਾਉਂਦੇ ਹੁੰਦੇ ਸੀ, ਸੁਰਜੀਤ ਹੋਣਾ ਦੇ ਗਾਉਣ ਨਾਲ ਨਾ ਮੇਰੇ ਮਨ ਦੇ ਵਿੱਚ ਇੱਕ ਜਿਵੇਂ ਪਲੇਅਰ ਦੀ ਇੜ ਹੁੰਦੀ ਹੈ, ਮੈਂ ਦੱਸਦਾ ਨਹੀਂ ਕਿਸੇ ਨੂੰ, ਇਹ ਸੁਰਜੀਤ ਦੇ ਮੇਰੇ ਬਾਰੇ ਬਿਆਨ ਨੇ ਲਿਖੇ ਹੋਏ ਮੇਰੀ ਜ਼ਿੰਦਗੀ 'ਚ, ਬਈ ਇਸ ਬੰਦੇ ਦਾ ਕੋਈ ਪਤਾ ਨਹੀਂ, ਬਈ ਇਹ ਕਿਹਦੇ ਨਾਲ ਮੁਕਾਬਲਾ ਕਰ ਰਿਹਾ, ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ, ਲੇਕਿਨ ਇਹ ਉਹ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਜਿਵੇਂ ਕਹਿੰਦਾ ਇਹਨੇ ਜਿਹਨੇ ਮੇਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਹੈ। ਸੁਰਜੀਤ ਰਾਮਪੁਰੀ ਹੁਣੀ ਗਾਉਂਦੇ ਹੁੰਦੇ ਸੀ, ਅਤੇ ਮੈਂ ਪਹਿਲਾ ਗੀਤ ਜਦੋਂ ਮੈਂ ਚੜ੍ਹਦੇ ਹੁੰਦਾ ਸੀ 64 ਦੇ ਵਿੱਚ, ਮੈਂ ਉਦੋਂ ਗੀਤ ਲਿਖਿਆ ਇੱਕ ਪਹਿਲਾਂ। ਹਾਲਾਂਕਿ ਪਹਿਲੀਆਂ ਜਿਹੜੀਆਂ ਕਵਿਤਾਵਾਂ ਸੀ ਉਹ ਮੇਰੀਆਂ ਗੀਤ ਵਰਗੀਆਂ ਹੀ ਸੀਗੀਆਂ, ਪਰ ਜਦੋਂ ਮੈਂ ਉਹ ਲਿਖਿਆ ਨਾ, ਵੀ ਯਾਦ ਵਿੱਚ ਅਸੀਂ ਤੁਹਾਡੇ ਕੋਲ ਚਲੇ ਆਏ ਹਾਂ, ਅਣਭੋਲ ਚਲੇ ਆਏ ਹਾਂ, ਇਹ ਮੈਂ ਗਾਉਂਦਾ ਗਾਉਂਦਾ ਇਹ ਚਿੱਠੀ ਅਸਲ ਵਿੱਚ ਮੈਂ ਆਪਣੀ ਘਰ ਵਾਲੀ ਨੂੰ ਲਿਖੀ ਤੀ ਵੀ ਮੈਂ ਤੁਹਾਨੂੰ ਲੈਣ ਆਇਆ, ਅਤੇ ਚਲੋ ਗਾਉਂਦਾ ਗਾਉਂਦਾ ਇਹਦੀ ਤਰਜ ਬਣ ਗਈ, ਤਰਜ ਬਣਦੀ ਬਣਦੀ ਫਿਰ ਇੱਕ ਹੋਰ ਗੱਲ ਸਭ ਤੋਂ ਵੱਡੀ ਇਹ ਵਾਪਰੀ ਵੀ ਮੈਂ ਕੋਈ 100 ਤੋਂ ਉੱਤੇ ਗੀਤ ਲਿਖਦਾ, ਹਰ ਗੀਤ ਦੀ ਮੇਰੀ ਆਪਣੀ ਤਰਜ ਹੈ, ਬਿਲਕੁਲ ਵੱਖਰੀ ਤਰਜ ਹੈ। ਮੈਂ ਹਿੰਦੀ ਦੇ ਗੀਤ ਸੁਣਦਾ, ਕਿਸੇ ਦੀ ਨਕਲ ਨਹੀਂ ਕਰਦਾ, ਲੇਕਿਨ ਉਹਨਾਂ ਵਿੱਚੋਂ ਇੱਕ ਟਿੰਜ ਇਹੀ ਜਿਹੀ ਲੈ ਲੈਂਦਾ ਜਿਹੜੀ ਕਵਿਤਾ ਦੀ ਜਿਹੜੀ ਗੀਤ ਦੀ ਖੂਬਸੂਰਤੀ ਵਿੱਚ ਐਡੀਸ਼ਨ ਕਰਦਾ। ਅਸੀਂ ਤੁਹਾਡੇ ਗੀਤ ਆਮ ਜਿਹੜੇ ਸੁਣਦੇ ਹਾਂ, ਜਿਵੇਂ ਹੁਣ ਆਮ ਗੀਤ ਹੁੰਦੇ ਨੇ, ਉਹਨਾਂ ਨੂੰ ਬੜੇ ਹਟ ਕੇ ਆ, ਜਿਵੇਂ ਅਸੀਂ ਪ੍ਰਗੀਤ ਇੱਕ ਸਾਹਿਤ ਦੀ ਵਿਧਾ ਹੋ ਜਾਂਦੀ ਆ, ਬਈ ਤੁਹਾਡੇ ਜਿਹੜੀ ਤੁਹਾਡੀ ਉਹਦੇ ਵਿੱਚ ਗੀਤਾਂ ਦੇ ਵਿੱਚ ਕਾਵਿ ਕਲਾ ਬੜੀ ਕਮਾਲ ਦੀ ਹੁੰਦੀ। ਉਹ ਕਾਰਨ ਇਹ ਹੈ, ਇੱਕ ਤਾਂ ਮੇਰੇ ਪਿੰਡ ਦਾ ਪਿਛੋਕੜ ਹੈ ਨਾ ਜਿਹੜਾ, ਉਹਦੇ ਵਿੱਚ ਹੁਣ ਸੁਰਜੀਤ ਵਰਗੇ ਦੀ ਸ਼ਾਇਰੀ ਹੈ, ਮਹਿੰਦਰ ਰਾਮਪੁਰੀ ਦੀ ਸ਼ਾਇਰੀ ਹੈ, ਗੁਰਚਰਨ ਰਾਮਪੁਰੀ ਦੀ ਸ਼ਾਇਰੀ ਹੈ, ਕਿ ਜੇ ਉਹਨਾਂ ਤੋਂ ਪਿੱਛੇ ਰਹਿ ਕੇ ਲਿਖਣਾ ਫਿਰ ਮੈਨੂੰ ਉਹ ਤਾਂ ਮਨਜ਼ੂਰ ਨਹੀਂ ਸੀਗਾ, ਉਹਨੇ ਮੈਨੂੰ ਮਨਜ਼ੂਰ ਸੀਗਾ, ਅਤੇ ਮੈਂ ਤਾਂ ਅਗਾਂਹ ਜਾਣਾ ਸੀਗਾ। ਅੱਛਾ, ਇੱਕ ਕੁਦਰਤੀ ਇਹ ਗੱਲ ਹੋ ਗਈ ਬਈ ਉਹ ਗਾਲ ਕੱਢਣ ਦੇ ਨਾਲ ਜਦੋਂ ਮੈਂ ਕਿਤੇ ਇਹ ਗੱਲ ਕਹੀ, ਰਾਮਪੁਰੀ ਜੀ ਮੇਰੇ ਨਾਲ ਜ਼ਿੱਦ ਕਰਨ ਲੱਗ ਗਏ, ਚਾਚਾ ਜੀ, ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਗੱਲ ਸੁਣਿਆ ਬਈ ਤੁਸੀਂ ਗੱਲ ਤਾਂ ਕੱਢੀ ਸੀ ਨਾ, ਜਾਂ ਤਾਂ ਤੁਸੀਂ ਗੱਲ ਤੋਂ ਮੁਕਰੋ। ਉਹ ਕਹਿੰਦਾ ਨਹੀਂ, ਗੱਲ ਤਾਂ ਮੈਂ ਕੱਢੀ ਸੀ, ਫਿਰ ਜੇ ਤੁਹਾਡੀ ਗੱਲ ਦਾ ਮੈਨੂੰ ਲਾਭ ਹੋ ਰਿਹਾ ਹੁਣ ਤੁਸੀਂ, ਹੁਣ ਤੁਸੀਂ ਮੇਰੇ ਨਾਲ ਈਰਖਾ ਤੋਂ ਕਰਦਾ, ਉਹਨਾਂ ਦੇ ਸਾਹਮਣੇ ਇਹਨਾਂ ਨੇ ਕਿਤੇ ਲਿਖਾਰੀ ਸਭਾ ਰਾਮਪੁਰ ਦੇ ਪਾੜ ਕੇ ਨਾ, ਲਿਖਾਰੀ ਸਭਾ ਰਾਮਪੁਰ ਦਰਾਹੇ ਬਣਾ ਅਲੱਗ, ਉਹਦੇ ਵਿੱਚ ਮਲ ਸਿੰਘ ਰਾਮਪੁਰੀ, ਮਹਿੰਦਰ ਰਾਮਪੁਰੀ, ਬਲਦੇਵ ਕੁਲਵੰਤ ਔਰ ਗੁਰਦਿਆਲ ਦਲਾਲ, ਅੱਛਾ, ਇਹ ਪੰਜ ਬੰਦੇ ਸੀਗੇ ਜਿਨ੍ਹਾਂ ਨੇ ਜਾਣੀ ਬਣਾਈ, ਅਤੇ ਇੱਕ ਬੰਦਾ ਉਹ ਇੱਕ ਹੋਰ ਵੀ ਸੀਗਾ, ਉਹਦਾ ਮੈਂ ਨਾਮ ਸੁਣ ਗਿਆ। ਚਲੋ ਐਨੀ ਵੇ, ਇਹ ਸਾਨੂੰ ਸੱਦਿਆ ਨਾ ਕਰਨ, ਅਸੀਂ ਬਿਨਾਂ ਸੱਦੇ ਜਾਇਆ ਕਰੀਏ, ਅਰੇ ਵਧੀਆ ਕਵਿਤਾ ਸੁਣਾ ਕੇ ਆਇਆ ਕਰੀਏ। ਇੱਕ ਵਾਰ ਫੰਕਸ਼ਨ ਹੋਇਆ ਕੁਲਵੰਤ ਨੀਲੋਂ, ਹਾਂ ਸੱਚ ਇੱਕ ਗੱਲ ਹੋਰ ਵਿੱਚ ਵਿਚਾਲੇ, ਬਈ ਇਹ ਜਿਹਦੇ 'ਤੇ ਸਖਤ ਇਤਰਾਜ਼ ਕਰਦੇ ਨਾ ਕਵਿਤਾ ਦੇ ਵਿੱਚ, ਮੈਂ ਉਹਨੂੰ ਬੈਠ ਕੇ ਸਮਝਾਉਂਦਾ ਬਈ ਕੋਈ ਗੱਲ ਨਹੀਂ, ਅੱਜ ਤੇਰੇ ਤੋਂ ਗਲਤੀ ਇਹਦੇ 'ਚ ਆਹ ਹੋਈ, ਆਪਾਂ ਐਂ ਠੀਕ ਕਰਨੀ, ਆਪਾਂ ਐਂ ਠੀਕ। ਜਿੰਨੇ ਵੀ ਬੰਦੇ ਆਉਂਦੇ ਸੀ ਸਾਰੇ ਮਿੱਤਰ ਮੇਰੇ ਮਿੱਤਰ ਬਣਦੇ ਗਏ, ਇਹਨਾਂ ਦੇ ਵਿਰੋਧ 'ਚ ਹੁੰਦੇ ਗਏ। ਇੱਕ ਵਾਰੀ ਇਲੈਕਸ਼ਨ ਹੋਈ ਹੈ ਰਾਮਪੁਰ 'ਚ, ਜਾਣੀ ਦੂਜੀ ਵਾਰ ਨਹੀਂ ਹੋਈ, ਉਸੇ ਇਲੈਕਸ਼ਨ ਵਿੱਚ ਇਹਨਾਂ ਦੇ ਸਾਰੇ ਬੰਦੇ ਹਰਾਤੇ, ਮੈਂ ਕਿਸੇ ਗੱਲ ਨਹੀਂ ਹੈ, ਪਰ ਇੱਕ ਹਰਬੰਸ ਰਾਮਪੁਰੀ, ਸੋਰੀ ਹਰਬੰਸ ਰਾਮਪੁਰੀ ਵੀ ਉੱਧਰ ਚਲੇ ਗਏ ਸੀ। ਅੱਛਾ, ਇੱਕ ਵੋਟ ਤੋਂ ਤੁਸੀਂ ਜਿੱਤ ਗਏ? ਹਾਂ, ਉਹਨੇ ਇੱਕ ਵੋਟ ਤੋਂ ਸੁਰਜੀਤ ਰਾਮਪੁਰੀ ਜਿੱਤ ਗਿਆ। ਅੱਛਾ, ਜੇ ਕਿਤੇ ਸੁਰਜੀਤ ਰਾਮਪੁਰੀ ਹਾਰ ਜਾਂਦੇ ਨਾ, ਮੇਰੇ ਮੱਥੇ 'ਤੇ ਸਭ ਤੋਂ ਵੱਡਾ ਕਲੰਕ ਉਹ ਰਹਿਣਾ ਸੀਗਾ। ਉਹਨਾਂ ਨੇ ਐਗਜੈਕਟਿਵ ਬਣਾਉਣ ਲਈ ਸਭ ਤੋਂ ਪਹਿਲਾਂ ਮੇਰਾ ਨਾਂ ਲਿਆ ਵੀ ਮੈਂ ਸੁਖਮਿੰਦਰ ਰਾਮਪੁਰੀ ਲਿਆ, ਹਰਬੰਸ ਰਾਮਪੁਰੀ ਕਹਿੰਦਾ ਤੂੰ ਬੇਕੂ ਕਹਿੰਦਾ ਵਿਰੋਧੀ ਨੂੰ ਵੀ ਨਹੀਂ ਦੱਸਦਾ। ਕਹਿੰਦਾ ਉਹਨਾਂ ਨੇ ਸਪਾਈਟ ਸ਼ਬਦਾਂ 'ਚ ਇਹ ਗੱਲ ਕਿਹਾ, ਤੇਰੇ ਪਿਓ ਨੇ ਸਾਰੇ ਹਰਾ ਤੇ, ਨਾਲੇ ਉਹ ਕਦੇ ਕਾਸੇ ਪੋਸਟ ਵੀ ਖੜ੍ਹਾ ਨਹੀਂ ਹੋਇਆ, ਸਾਰੇ ਹਰਾ ਤੇ ਉਹਨੇ। ਚਲੋ ਗੱਲ ਕੀ, ਹੌਲੀ ਹੌਲੀ ਜਿਹੜੀ ਲਿਖਾਰੀ ਸਭਾ ਗੁਰਾਹਾ ਸੀਗੀ ਉਹ ਹੌਲੀ ਹੌਲੀ ਖਤਮ ਹੋ ਗਈ। ਮੁੜ ਕੇ ਫਿਰ ਜਿਹੜੇ ਮਹਿੰਦਰ ਰਾਮਪੁਰੀ, ਗੁਰਦਾਸ ਦਲਾਲ, ਸਾਰੇ ਮਿੱਤਰ ਜਿਹੜੇ ਸੀਗੇ ਉਹ ਫਿਰ ਆ ਕੇ ਲਿਖਾਰੀ ਸਭਾ ਰਾਮਪੁਰ ਦੇ, ਪਰ ਕਦੇ ਲਿਖਾਰੀ ਸਭਾ ਰਾਮਪੁਰ ਦੇ ਇਹੋ ਜਿਹਾ ਸੰਕਟ ਆਇਆ ਸੀ, ਉਹ ਸੰਕਟ ਵਿੱਚ ਮੇਰੇ ਨਾਲ ਸੁਰਿੰਦਰ ਰਾਮਪੁਰੀ ਨੇ ਸਾਥ ਦਿੱਤਾ ਸੀ। ਚਾਹੇ ਉਹ ਮੇਰੇ ਅੱਜ ਨੇੜੇ ਨਹੀਂ ਬਹੁਤੇ ਹੈਗੇ, ਦੂਰ ਵੀ ਨਹੀਂ ਹੈਗੇ, ਪਰ ਮੈਂ ਉਹਨਾਂ ਦੇ ਸਾਥ ਦਾ ਸਦਾ ਹੀ ਕਦਰ ਕਰਦਾ ਰਹੂੰਗਾ ਆਪਣੇ ਜੀਵਨ 'ਚ। ਅੱਜ ਵੀ ਤੁਸੀਂ ਦੇਖਿਆ ਉਹਨਾਂ ਨੇ ਜੋ ਮੇਰੀ ਕਵਿਤਾ ਦੇ ਸੰਬੰਧ 'ਚ ਕਿਹਾ, ਉਹ ਮੈਨੂੰ ਲੱਗਦਾ ਹੈ ਵੀ ਮੇਰੀ ਉਸ ਤੋਂ ਉਹਨਾਂ ਨੇ ਥੋੜ੍ਹੀ ਜਿਹੀ ਵੱਧ ਕਰਤੀ। ਅੱਜ ਕਈ ਵਾਰ ਮੈਂ ਭਾਰਤ
ਮੈਨੂੰ ਮੇਰੀ ਪਹਿਲੀ ਵਾਰ ਸਿਰ ਤੋਂ ਸੁਣ ਕੇ ਨਾ ਮੈਨੂੰ ਇਉਂ ਲੱਗਿਆ ਵੀ ਯਾਰ ਮੈਂ ਇਹਦੇ ਯੋਗ ਸੀ ਪਰ ਜਿਹੜੀ ਮੇਰੀ ਮਿਹਨਤ ਸੀ ਨਾ ਫਿਰ ਅੱਛਾ ਮੈਂ ਮੇਰਾ ਇੱਕ ਮਿੱਤਰ ਸੀ ਮਿਸਟਰ ਸ਼ਰਮਾ ਪਰਸੂਨ ਸ਼ਰਮਾ ਮੈਂ ਰਸਾਲੇ ਸੂਟ ਜੇ ਬਥੇਰੇ ਪੜ੍ਹੀ ਜਾਣੇ ਉਹ ਕਹਿੰਦਾ ਤੂੰ ਚੱਜ ਦੀ ਚੀਜ਼ ਪੜ੍ਹਤਾ ਅੱਛਾ ਜੀ ਉਸ ਵੇਲੇ ਉਹ ਬੀ ਏ ਦਾ ਇਮਤਿਹਾਨ ਲੈਣਾ ਸੀ ਉਹਨੇ ਮੈਂ ਕਿਹਾ ਵੀ ਚੱਜ ਦੀ ਕਿਵੇਂ ਚੀਜ਼ ਪੜ੍ਹੀ ਹੈ ਕਹਿੰਦਾ ਤੂੰ ਗਿਆਨੀ ਕਰ ਐੱਫ ਏ ਕਰ ਬੀ ਏ ਕਰ ਐੱਮ ਏ ਕਰ ਮੈਂ ਕਿਹਾ ਵੀ ਕਰਤਾ ਤੇਰੀ ਠੀਕ ਅਸੀਂ ਨਿਰਮਾਣੇ ਤੋਂ ਅਧਾਰੀਆਂ ਕਿਤਾਬਾਂ ਲੈ ਕੇ ਆਏ ਸਤਾਰਾਂ ਰੁਪਈਏ ਤਿੰਨ ਆਨੇ ਦੀਆਂ ਸਾਰੀਆਂ ਹੀ ਸਣੇ ਗਾਈਡ ਗਿਆਨੀ ਦੀਆਂ ਕਿਤਾਬਾਂ ਲਿਆਉਂਦੇ ਮੈਂ ਗਿਆਨੀ ਪਾਸ ਹੋ ਗਿਆ ਐੱਫ ਏ ਮੈਂ ਐੱਫ ਏ ਪਾਸ ਮੈਂ ਚਾਰਾਂ ਕੁ ਮਹੀਨਿਆਂ 'ਚ ਕਰ ਲਈ ਉਹਨੇ ਯਾਰ ਮੈਂ ਬੀ ਏ ਦਾ ਇਕੱਠਾ ਇਮਤਿਹਾਨ ਦਿੱਤਾ ਉਹ ਮੈਨੂੰ ਕਹਿੰਦਾ ਕਹਿੰਦਾ ਮੈਂ ਮੂਰਖ ਹਾਂ ਮੈਂ ਤੈਨੂੰ ਅਜੇ ਪੰਗਾ ਹੀ ਦੇ ਲਿਆ ਅਤੇ ਮੈਂ ਉਦੋਂ ਉਹਨੇ ਬੀ ਏ ਦਾ ਇਮਤਿਹਾਨ ਦੇਣਾ ਅਤੇ ਜਦੋਂ ਮੈਨੂੰ ਸਲਾਹ ਦਿੱਤੀ ਬੀ ਏ ਦਾ ਇਮਤਿਹਾਨ ਅਸੀਂ ਇਕੱਠਾ ਦਿੱਤਾ ਪਹਿਲਾਂ ਬੀ ਐੱਡ ਉਹਨੇ ਕੀਤੀ ਬਾਅਦ 'ਚ ਬੀ ਐੱਡ ਮੈਂ ਕੀਤੀ ਯਾਨੀ ਗੱਲ ਵਿੱਚੋਂ ਇਹ ਹੈ ਫਿਰ ਮੈਂ ਐੱਮ ਏ ਕਰ ਲਈ ਐੱਮ ਫਿਲ 'ਚ ਦਾਖਲਾ ਲੈ ਲਿਆ ਐੱਮ ਫਿਲ 'ਚ ਮੇਰੇ ਦੋਸਤਾਂ ਨੇ ਮੇਰੀ ਸ਼ਿਕਾਇਤ ਕਰਤੀ ਸ਼ਿਕਾਇਤ ਕੀਤੀ ਹੋਈ ਮੈਨੂੰ ਐੱਮ ਫਿਲ 'ਤੇ 44 ਛੱਡੀ ਪਈ ਮੇਰੇ 'ਤੇ ਮੁਕੱਦਮਾ ਚੱਲਿਆ ਆਪਣਾ ਡਿਪਾਰਟਮੈਂਟ ਅਤੇ ਉਹਦੇ ਵਿੱਚ ਡਿਪਾਰਟਮੈਂਟ ਦੇ ਜਿਹੜੇ ਸਾਰੇ ਅਫਸਰ ਸੀ ਉਹ ਮੈਨੂੰ ਬਚਾਉਣ ਦੀ ਕੋਲ ਹੋਏ ਸੀ ਅੱਛਾ ਸਾਹਿਤ ਦੇ ਨਾਲ ਨਾਲ ਫਿਰ ਤੁਸੀਂ ਆਪਣਾ ਕਿੱਤਾ ਕੀ ਚੁਣਿਆ ਮੈਂ ਟੀਚਰ ਸੀਗਾ ਮੈਂ ਟੀਚਰ ਸੀ ਮੈਂ ਟੀਚਰ ਸੀਗਾ ਮੈਂ ਜਾਣੀ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਬਈ ਮੇਰੇ ਪੜ੍ਹਾਏ ਹੋਏ ਜਿਹੜੇ ਇੰਗਲਿਸ਼ ਪੜ੍ਹਾਏ ਹੋਏ ਜਿਹੜੇ ਮੇਰੇ ਬੱਚੇ ਸੀ ਨਾ ਜਿਹੜੇ ਟੌਪ ਦੇ ਸੀਗੇ ਉਹ 95, 96, 97, 98 ਤੱਕ ਇੰਗਲਿਸ਼ ਦੇ ਨੰਬਰ ਲੈ ਕੇ ਜਾਂਦੇ ਸੀ ਮੇਰੀ ਆਪਣੀ ਪੋਤੀ ਦਾ 100/100 ਅੰਗਰੇਜ਼ੀ ਦਾ ਰਿਕਾਰਡ ਹੈ ਔਰ ਇਮਤਿਹਾਨ ਵੀ ਉਹਨੇ ਉਦੋਂ ਦਿੱਤਾ ਸੀ ਪੜ੍ਹਾ ਕੇ ਮੈਂ ਚਲੇ ਗਿਆ ਸੀ ਕਨੇਡਾ 2002 ਦੇ ਵਿੱਚ ਮਾਰਚ ਦੇ ਵਿੱਚ ਉਹਨੇ ਉਹਦਾ 100/100 ਜਾਣੀ ਅੰਗਰੇਜ਼ੀ ਤੋਂ ਹੈਗੇ ਨੇ ਨੰਬਰ ਅਤੇ ਉਹ ਕੁੜੀ ਨੇ ਐੱਮ ਏ ਫਸਟ ਕਲਾਸ ਕੀਤੀ ਐੱਮ ਏ ਇੰਗਲਿਸ਼ ਬੀ ਐੱਡ ਕੀਤੀ ਐੱਮ ਐੱਡ ਕੀਤੀ ਐੱਸ ਐੱਡ ਟੀਚਰ ਕੀਤੀ ਹੁਣ ਤੱਕ ਦੀਆਂ ਜਿਹੜੀਆਂ ਕਿਤਾਬਾਂ ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਮੇਰੀ ਕਿਤਾਬ ਸਭ ਤੋਂ ਪਹਿਲੀ ਜਿਹੜੀ ਹੈ ਨਾ ਜੁਗਿਆ ਜੁਗਾ ਦੀ ਪੇਜ ਸੀ ਉਹਦਾ ਜਿਵੇਂ ਕਿ ਨਿਆਣਿਆਂ ਦੀਆਂ ਗੱਲਾਂ ਸੀਗੀਆਂ ਪਰ ਉਹਨਾਂ ਦੇ ਮੁਕਾਬਲੇ ਵਿੱਚ ਫਿਰ ਅਸੀਮ ਕਿਸਮ ਦੀ ਜਿਹੜੀ ਮਰਜ਼ੀ ਦੀ ਕਿਤਾਬ ਦਿੱਤੀ ਹੈ ਉਹ ਮੇਰੀ ਤੋਂ ਬੜੀ ਜਿਹੜੀ ਚੜ੍ਹਦੀ ਕਲਾ ਵਾਲੀ ਕਿਤਾਬ ਸੀ ਉਂਝ ਮੈਂ ਢਹਿੰਦੀ ਕਲਾ ਵਾਲੀ ਗੱਲ ਕਦੇ ਵੀ ਨਹੀਂ ਲਿਖੀ ਮੈਂ ਜਦੋਂ ਮੈਨੂੰ ਮਾਛੀ ਵਾਲਾ ਸਿਆਲ ਸਾਹਿਬ ਨੇ ਕਾਨੂੰਨ ਦੀ ਮਾਰੇ ਦੀ ਗੱਲ ਕੀਤੀ ਤੁਸੀਂ ਗਜ਼ਲ ਨਾ ਲਿਖਿਆ ਕਰੋ ਤੁਹਾਡੇ ਬਸ ਦੀ ਰੋਗ ਦਸ ਦਾ ਰੋਗ ਨਹੀਂ ਅੱਛਾ ਜੀ ਮੈਂ ਕਿਹਾ ਜੀ ਠੀਕ ਹੈ ਬਿਲਕੁਲ ਮੈਂ ਫਿਰ ਗਜ਼ਲ ਦੀ ਟੁੱਟ ਕੇ ਪੈ ਗਿਆ ਮਨਿੰਦਰਦੀਪ ਗਰਿਆ ਆਪਣੇ ਪੰਡਿਤ ਭਨੋਟ ਭਨੋਟ ਸਾਹਿਬ ਮੇਰੇ ਦੋਸਤ ਸੀਗੇ ਅਸੀਂ ਇਕੱਠੇ ਉੱਥੇ ਆਪਣੇ ਅਮਰੀਕਾ ਦੇ ਵਿੱਚ ਕੰਮ ਕਰਦੇ ਸੀਗੇ ਪੈਟਰੋਲ ਪੰਪ 'ਤੇ ਮੈਂ ਉਹਨਾਂ ਨੂੰ ਰੋਜ਼ ਇੱਕ ਨਵੀਂ ਗਜ਼ਲ ਦੇਖ ਕੇ ਸੁਣਾਉਂ ਦੇਖਿਆ ਜਿਹਾ ਹੁੰਦਾ ਸੀ ਉਹ ਜਾਣੀ ਉਹ ਕਰਦੇ ਹੁੰਦੇ ਸੀ ਉਹ ਸਾਰੀ ਕਿਤਾਬ ਜਿਹੜੀ ਸੀ ਮੈਂ ਲਿਆ ਕੇ ਐਸ ਤਰਸੇਮ ਜੀ ਨੂੰ ਦੇਤੀ ਮੈਂ ਕਿਹਾ ਐਸ ਤਰਸੇਮ ਜੀ ਇਹਦੇ ਵਿੱਚੋਂ ਨੈਗੇਟਿਵ ਸ਼ੇਅਰ ਕਰਤੇ ਉਹਨਾਂ ਨੇ 5 ਨੈਗੇਟਿਵ ਸ਼ੇਅਰ ਕਰਤੇ ਮੈਂ ਕਿਹਾ ਇਹਨਾਂ 'ਚੋਂ ਆ ਜਿਹੜੇ 2 ਨੈਗੇਟਿਵ ਨਹੀਂ ਹੈ ਇਹ ਪੋਜ਼ੀਟਿਵ ਨੇ ਆਹ 3 ਨੂੰ ਮੈਂ ਕਰ ਦਿੰਦਾ ਅਤੇ ਉਹ ਸਾਰੀ ਕਿਤਾਬ ਦੇ ਵਿੱਚ 1-20 ਨੈਗੇਟਿਵ ਸ਼ੇਅਰ ਹੋਏ ਔਰ ਸਾਰੇ ਚੜ੍ਹਦੀ ਕਲਾ ਵਾਲੇ ਨੇ ਔਰ ਅੱਜ ਦੇ ਜਿਹੜਾ ਸਾਡਾ ਮੰਡੀ ਦਾ ਯੁੱਗ ਹੈ ਮੰਡੀਕਰਨ ਜੋ ਜੀਵਨ ਦਾ ਹੋਇਆ ਹਰ ਪਾਸੇ ਦੇ ਹੀ ਮੰਡੀਕਰਨ ਹੋਇਆ ਪਿਆ ਅਤੇ ਉਹ ਉਸ ਦੇ ਵਿੱਚ ਉਹ ਸਾਰੀਆਂ ਜਿਹੜੀ ਗਜ਼ਲਾਂ ਵੀ ਸ਼ਾਮਿਲ ਜਿੱਥੋਂ ਤੱਕ ਅਸਲ ਵਿੱਚ ਨਾ ਸੁਰਜੀਤ ਖੁਰਸ਼ੀਦੀ ਹੋਣਾ ਨੇ ਮੈਨੂੰ 1982 ਦੇ ਵਿੱਚ ਇੱਕ ਗੱਲ ਕਹੀ ਸੀ ਮੈਂ ਸੁਰਿੰਦਰ ਤੂੰ ਬਾਕੀ ਦੀਆਂ ਗੱਲਾਂ ਛੱਡ ਤੇਰੇ 'ਚ ਗੀਤ ਲਿਖਣ ਦੀ ਸਮਰੱਥਾ ਮੈਂ ਉਸ ਤੋਂ ਬਾਅਦ ਉਹਨਾਂ ਨੂੰ ਉਹ ਗੀਤ ਸੁਣਾਏ ਜਾਣੀ ਜਿਹਨਾਂ ਦੇ ਵਿੱਚ ਇਹਨਾਂ ਜ਼ਖਮਾਂ ਦਾ ਕੀ ਕਹਿਣਾ ਜਿਹਨਾਂ ਰੋਜ਼ ਹੋ ਰਿਹਾ ਕਹਿਣਾ ਜਿਹਨਾਂ ਦੇ ਅੱਗੇ ਉਹਨਾਂ ਨੇ ਬਦਲਤੀ ਕਰਦੀ ਬਹੁਤ ਹੀ ਦੂਰ ਤੋਂ ਆਏ ਬਹੁਤ ਹੀ ਦੂਰ ਜਾਣਾ ਹੈ ਅਸੀਂ ਦਿਸ ਹੱਤਿਆਂ 'ਤੇ ਪਿਆਰ ਦਾ ਇੱਕ ਫੁੱਲ ਖਿਲਾਉਣਾ ਹੈ ਬਹੁਤ ਹੀ ਦੂਰ ਜਾਣਾ ਹੈ ਜਾਣੀ ਮੈਂ ਉਹ ਗੀਤ ਲਿਖੇ ਨੇ ਜਿਹੜੇ ਨਾ ਸਮੁੱਚੀ ਲੋਕਤਾ ਨਾਲ ਜੁੜੇ ਹੋਏ ਸਮੁੱਚੀ ਲੁਕਾਈ ਨਾਲ ਜੁੜੇ ਹੋਏ ਨੇ ਹੁਣ ਆਹ ਮਨੁੱਖ ਮਾਏ ਬਈ ਮਨੁੱਖ ਤਰੱਕੀ ਕਰਦੇ ਕਰਦੇ ਅਸੀਂ ਇੱਥੇ ਆਏ ਹਾਂ ਅਤੇ ਇੱਥੋਂ ਕਿੱਥੇ ਜਾਣਾ ਕੋਈ ਪਤਾ ਨਹੀਂ ਬਹੁਤ ਦੂਰ ਜਾਣਾ ਬਸ ਜਾਣੀ ਅਸੀਂ ਇੱਕ ਤਾਰ ਹਾਂ ਨਿਰਮਲ ਬੜੇ ਸੂਖਮ ਵਿਚਾਰਾਂ ਦੀ ਬਹੁਤ ਉੱਚਿਆਂ ਮਿਆਰਾਂ ਦੀ ਅਸੀਂ ਨਵਿਆਣ ਤੋਂ ਉਚਿਆਣ ਵੱਲ ਨੂੰ ਵਹਿਦੇ ਜਾਣਾ ਹੈ ਬਹੁਤ ਹੀ ਦੂਰ ਤੋਂ ਆਏ ਬਹੁਤ ਹੀ ਦੂਰ ਜਾਣਾ ਇੱਕ ਆਪਣਾ ਇਹ ਹੈ ਵੀ ਜਿੱਥੇ ਅਸੀਂ ਜੰਮਦੇ ਹਾਂ ਉੱਥੇ ਸਟੇਟ ਪੈਦਾ ਹੋ ਜਾਂਦੀ ਜਿਸ ਥਾਂ ਅਸੀਂ ਜਿਸ ਥਾਂ ਵੀ ਜੰਮਦੇ ਨਾਲ ਇੱਕ ਆਰਾ ਵੀ ਜੰਮਦਾ ਹੈ ਉਹ ਸਾਡੇ ਸੀਸ ਮੰਗਦਾ ਹੈ ਅਸੀਂ ਹਰ ਹਾਲ ਹੀ ਹੁਣ ਇਸ ਤੋਂ ਕਿਹੜਾ ਛੁਟਾਉਣਾ ਹੈ
ਬਹੁਤ ਹੀ ਦੂਰ ਤੋਂ ਆਏ ਇਹ ਸਾਰਾ ਜਾਣਾ ਜਿਹੜਾ ਅਸੀਂ ਸਟੇਟਲੈਸ ਸੁਸਾਇਟੀ ਵੱਲ ਤੁਰੇ ਹੋਏ ਹਾਂ ਅਤੇ ਮੈਂ ਨਾ ਹਮੇਸ਼ਾ ਹੀ ਉਹ ਗੀਤ ਲਿਖੇ ਨੇ ਜਿਵੇਂ ਇੱਕ ਅੰਦਰ ਸੂਰਜ ਦੇ ਗੀਤ ਦੀ ਕੋਈ ਜ਼ਿਕਰ ਚੱਲਦਾ ਸੀਗਾ ਚੰਡੀਗੜ੍ਹ ਤੋਂ ਮੈਂ ਆ ਰਿਹਾ ਸੀ ਮੇਰੇ ਨਾਲ ਇੱਕ ਕੁੜੀ ਬੈਠੀ ਮੈਂ ਉਹਨਾਂ ਨਾਂ ਨਹੀਂ ਜਾਣਦਾ ਨਾ ਮੈਂ ਉਹਨੂੰ ਪੁੱਛਿਆ ਉਹ ਕਿਤੇ ਜਾਣਾ ਸੀ ਉਹਨੇ ਲੁਧਿਆਣੇ ਉਹ ਕੁੜੀ ਮੇਰੇ ਨਾਲ ਸਮਰਾਲੇ ਉੱਤਰ ਗਈ ਮੈਨੂੰ ਕਹਿੰਦੀ ਤੁਸੀਂ ਰਾਤ ਟੈਗੋਰ ਥੀਏਟਰ 'ਚ ਗੀਤ ਗਾਇਆ ਸੀ ਮੈਨੂੰ ਕਰ ਦਿਓ ਅਤੇ ਮੈਨੂੰ ਉਹ ਲਿਖ ਕੇ ਦੇ ਦੂੰਗਾ ਅੱਛਾ ਜੀ ਮੈਂ ਕਹਿੰਦਾ ਅਸੀਂ ਚਾਹ ਦਾ ਕੱਪ ਪੀਣ ਬੈਠ ਗਏ ਚਾਹ ਦੇ ਪੈਸੇ ਮੈਂ ਦਿੱਤੇ ਉਹ ਕੋਸ਼ਿਸ਼ ਕਰਦੀ ਸੀ ਵੀ ਮੈਂ ਦਵਾਂ ਪੈਸੇ ਮੈਂ ਕਹਿੰਦੇ ਤੂੰ ਸਰ ਮੇਰੀ ਧੀ ਆਉਂਦੀ ਹੈ ਆਪਣਾ ਆਉਂਦੀ ਹੈ ਮੈਂ ਪੈਸੇ ਮੈਂ ਦਿੱਤੇ ਕਾਗਜ਼ 'ਤੇ ਲਿਖ ਕੇ ਦੇਤਾ ਉਹ ਚਲੀ ਗਈ ਮੈਂ ਬਿਲਕੁਲ ਨਾਂ ਨਹੀਂ ਪੁੱਛਿਆ ਉਹਦਾ ਨਾ ਮੈਨੂੰ ਪਤਾ ਅੱਜ ਤੱਕ ਉਹ ਮੁੜ ਕੇ ਮੈਨੂੰ ਮਿਲੀ ਵੀ ਨਹੀਂ ਮੈਂ ਪਾਣੀ ਲਾਉਂਦਾ ਸੀਗਾ ਮੱਕੀ ਨੂੰ ਮੈਂ ਖੇਤੀ ਥੋੜ੍ਹੀ ਜਿਹੀ ਨਾਲ ਖੇਤੀ ਵੀ ਕਰਦਾ ਸੀ ਮੱਕੀ ਨੂੰ ਪਾਣੀ ਲਾਉਂਦੇ ਲਾਉਂਦੇ ਮੇਰੇ ਮਨ 'ਚ ਆਇਆ ਵੀ ਉਹ ਕੁੜੀ ਆਈ ਵੀ ਚਲੀ ਗਈ ਗਈ ਨੋਮ ਨਾ ਪੁੱਛਿਆ ਕਮਾਲ ਹੈ ਜੇ ਪੁੱਛ ਵੀ ਲੈਂਦਾ ਖਬਰ ਨੂੰ ਦੱਸਣਾ ਕੀ ਜਾਂ ਨਹੀਂ ਦੱਸਣਾ ਸੀ ਇੱਥੋਂ ਮੇਰਾ ਗੀਤ ਸ਼ੁਰੂ ਹੋ ਗਿਆ ਉਹ ਕਿਰਨ ਜਿਹੀ ਕਦੇ ਰੇਸ਼ਮ ਜਿਹੀ ਜਦ ਕੋਲ ਆ ਪੈਂਦੀ ਉਦਾਸੀ ਰਹਿੰਦੀ ਅਜੇ ਮੈਂ ਉਹਦਾ ਨਾਂ ਪੁੱਛੂੰ ਅੱਛਾ ਉਹਨੇ ਦੱਸਣਾ ਵੀ ਜਾਂ ਨਹੀਂ ਦੱਸਣਾ ਅਜੇ ਮੈਂ ਉਹਦਾ ਨਾਂ ਪੁੱਛਦਾ ਉਹ ਦਿਨ ਦੀਆਂ ਗੱਲਾਂ ਕਦੇ ਰਾਤ ਦੀਆਂ ਗੱਲਾਂ ਇਹ ਸੁਣਾਉਂਦੀ ਦਿਨ ਉਹਦੇ ਨਾਲ ਨਾਲ ਗਾਉਂਦਾ ਰਾਤ ਉਹਦੇ ਨਾਲ ਨਾਲ ਗਾਉਂਦੀ ਹੁੰਦੀ ਉਹ ਉਫਕ ਜਿਹੀ ਕਦੇ ਸ਼ਬਕ ਜਿਹੀ ਜਦ ਕੋਲ ਆ ਪੈਂਦੀ ਉਦਾਸੀ ਰਹਿੰਦੀ ਅਜੇ ਮੈਂ ਉਹਦਾ ਨਾਂ ਪੁੱਛਦਾ ਇਹਦਾ ਦੂਜਾ ਸੁਨੇਹਾ ਸੀ ਉਹਦੀ ਝੋਲੀ ਵਿੱਚ ਤਾਰੇ ਰੰਗ ਰੰਗ ਦੇ ਨੇ ਸਾਰੇ ਬ੍ਰਹਿਮੰਡ ਦੇ ਉਹਦੀ ਝੋਲੀ ਵਿੱਚ ਤਾਰੇ ਰੰਗ ਰੰਗ ਦੇ ਨੇ ਸਾਰੇ ਬ੍ਰਹਿਮੰਡ ਦੇ ਉਹ ਜੁਗਨੂਆਂ ਵਾਂਗੂ ਬੁੱਝ ਜਗਦੇ ਹਨੇਰਿਆਂ ਨੂੰ ਡੰਗਦੇ ਉਹ ਲੋਚ ਜਿਹੀ ਮੇਰੀ ਸੋਚ ਜਿਹੀ ਜਦ ਕੋਲ ਆ ਪੈਂਦੀ ਉਦਾਸੀ ਰਹਿੰਦੀ ਅਜੇ ਮੈਂ ਉਹਦਾ ਨਾਂ ਪੁੱਛਾ ਹਰ ਵਾਰ ਨਵੀਂ ਕਹਿਕਸ਼ਾਂ ਦੀ ਚੁੰਨੀ ਸਾਡੀ ਡਿਸਕਵਰੀ ਮਨੁੱਖ ਦੀ ਕਿੱਥੇ ਖੜੀ ਹੈ ਹਰ ਵਾਰ ਨਵੀਂ ਕਹਿਕਸ਼ਾਂ ਦੀ ਚੁੰਨੀ ਉਹ ਲੈ ਕੇ ਮੈਨੂੰ ਮਿਲ ਗਈ ਚੁੱਪ ਚਾਪ ਆ ਕੇ ਬੈਠੇ ਉੱਠ ਜਾਏ ਕਹੇ ਨਾ ਗੱਲ ਦਿਲ ਦੀ ਉਹ ਨੂਰ ਜਿਹੀ ਭਰਪੂਰ ਜਿਹੀ ਜਦ ਕੋਲ ਕੋਲ ਆ ਪੈਂਦੀ ਉਦਾਸੀ ਰਹਿੰਦੀ ਅਜੇ ਮੈਂ ਉਹਦਾ ਨਾਂ ਪੁੱਛਿਆ ਇਹ ਮੇਰਾ ਜਿਹੜਾ ਉਹਨਾਂ ਪਹਿਲੇ ਗੀਤਾਂ 'ਚੋਂ ਗੀਤ ਹੈ ਜਿਹਦੇ ਨਾਲ ਮੈਨੂੰ ਫਿਰ ਰੈਕਗਨੇਸ਼ਨ ਮਿਲ ਜਾਂਦਾ ਬੜੀ ਡਿਊਡੇ ਛੰਦ ਵੀ ਝਲਕ ਵੀ ਜੋ ਮਰਜ਼ੀ ਸਮਝ ਲਓ ਬਸ ਦੇਖੋ ਇੱਕ ਗੱਲ ਹੈ ਮੇਰੇ ਮਨ 'ਚ ਇੱਕ ਗੱਲ ਤਾਂ ਪਈ ਹੈ ਵੀ ਗੀਤ ਚਾਹੇ ਮੈਂ ਲਿਖਿਆ ਚਾਹੇ ਮੈਂ ਨਹੀਂ ਲਿਖਦਾ ਜਦੋਂ ਵੀ ਕੋਈ ਮੈਂ ਗੀਤ ਲਿਖਦਾ ਉਹਦੀ ਲੈ ਜੋ ਤਰਜ ਬਣਾਉਣੀ ਹੈ ਉਹ ਮੇਰੇ ਮਨ 'ਚ ਨਾਲ ਦੀ ਨਾਲ ਨਾਲ ਦੀ ਨਾਲ ਉੱਤਰ ਗੀਤ ਤਾਂ ਬੜੇ ਨੇ ਇੱਕ ਗੀਤ ਤੁਹਾਨੂੰ ਦੱਸਦਾ ਉਹਦਾ ਲਾਸਟ ਸਟੈਂਜ਼ਾ ਤੁਹਾਨੂੰ ਸੁਣਾਊਂਗਾ ਇਹ ਗੀਤ ਵੀ ਮੇਰਾ ਕਨੇਡਾ 'ਚ ਬਹੁਤ ਮਸ਼ਹੂਰ ਹੋਇਆ ਦਿਨ ਚੜ੍ਹਨੇ 'ਤੇ ਰੋਜ਼ ਸ਼ਾਮਾਂ ਲੈਣੀਆਂ ਸ਼ਾਮਾਂ ਵੀ ਨੱਥੇ ਪਏ ਇਹ ਤਾਂ ਤੁਸੀਂ ਸੁਣਿਆ ਥੋੜ੍ਹਾ ਬਹੁਤ ਉਹਦਾ ਬਾਅਦ ਦੇ ਵਿੱਚ ਮੈਂ ਕਹਿਣਾ ਫੁੱਲ ਖਿੜਨੇ ਅਤੇ ਚੜ੍ਹ ਕੇ ਵੀ ਖਿੜਨੇ ਪਾਉਣਾ 'ਚ ਸੁਗੰਧਾ ਰਹਿਣੇ ਦੋਸਤੋ ਵਿਹਲਿਓ ਖਾਣੀਓ ਸਾਥੀਓ ਇਹ ਤਾਂ ਨਹੀਂ ਮਤਲਬ ਮੇਰੇ ਆਪਣਾ ਤਰਜਾ ਗਾਹਾਂ ਕਹਿਣ ਦਾ ਇਹਦੇ ਵਿੱਚ ਲਾਸਟ 'ਤੇ ਮੈਂ ਐਡਮਿਟ ਕਰਦਾ ਬਈ ਸਾਡੇ ਯਤਨਾਂ ਦੇ ਗੇੜ ਵਿੱਚ ਆਈ ਨਾ ਰੁੱਤ ਚਾਹੀ ਸੀ ਲਿਆਉਣੀ ਜਿਹੜੀ ਆਈ ਨਾ ਅਸੀਂ ਸ਼ੁਰੂ ਕੀਤੇ ਸਦਾ ਜਾਰੀ ਰਹਿਣਗੇ ਸਾਂਝੇ ਯਤਨਾਂ ਨੂੰ ਬੂਰ ਕਦੇ ਪੈਣਗੇ ਐਵੇਂ ਜ਼ਿੰਦਗੀ ਤੋਂ ਟੇਰੀਆਂ ਨਹੀਂ ਟਹਿਣੀਆਂ ਜਾਣੀ ਮੈਨੂੰ ਅਜੇ ਵੀ ਚਾਹੇ ਰੈਵੋਲਿਊਸ਼ਨ ਆਵੇ ਜਾਂ ਨਾ ਆਵੇ ਪਰ ਮੇਰੇ ਵਿਸ਼ਵਾਸ ਵਿੱਚ ਰੈਵੋਲਿਊਸ਼ਨ ਕਦੇ ਜ਼ਰੂਰ ਆਊਗਾ ਮੈਂ ਇਸ ਦਾ ਮਦੇਹੀ ਹਾਂ ਇਸ ਦਾ ਮੈਂ ਜਿਵੇਂ ਆਪਾਂ ਕਹਿ ਲਈਏ ਨਾ ਵੀ ਮੈਂ ਇਸ ਲਈ ਉਹ ਜਿਵੇਂ ਕਹਿੰਦੇ ਤੰਗ ਦੀ ਮਰ ਜਾਣਾ ਬਾਕੀ ਫਿਰ ਨਿਰਾਸ਼ਾਵਾਦੀ ਸੋਚ ਤੋਂ ਬਹੁਤ ਦੂਰ ਹੋ ਨਾ ਮੈਂ ਕਦੇ ਜੀਵਨ 'ਚ ਨਿਰਾਸ਼ ਹੋਏ ਨਹੀਂ ਇੱਕ ਹਾਂ ਨਿਰਾਸ਼ ਹੈ ਦੇਖੋ ਕਿਹੜੀ ਗੱਲ ਹੈ ਜਿੰਦੇ ਨਹੀਂ ਤੂੰ ਆਪਣੀ ਉਦਾਸੀ ਦਾ ਤੂੰ ਆਪਣੀ ਉਦਾਸੀਆਂ ਦਾ ਮੁੱਲ ਤਾਰ ਦੇ ਜਿਹੜੀ ਤੇਰੇ ਹਿੱਸੇ ਆਈ ਦੁਨੀਆ ਸਵਾਰ ਦੇ ਆਪਣੀ ਉਦਾਸੀ ਦਾ ਤੂੰ ਨਿੱਜ ਤੋਂ ਸਮੂਹ ਦੀ ਗੱਲ ਆ ਸਦਾ ਹੀ ਮੈਂ ਕਦੇ ਮੇਰਾ ਨਾ ਇੱਕ ਅੱਧਾ ਗੀਤ ਹੋਊਗਾ ਕਿਤੇ ਜਿਹੜਾ ਕੋਈ ਮੇਰਾ ਆਪਣਾ ਨਿੱਜੀ ਹੋਊਗਾ ਨਹੀਂ ਤਾਂ ਮੈਂ ਸਦਾ ਹੀ ਨਾ ਸਾਂਝੇ ਗੀਤ ਲਿਖਦਾ ਹੁਣ ਅਖੀਰ 'ਤੇ ਆਪਾਂ ਹੁਣ ਤੁਸੀਂ ਕੀ ਸੋਚਿਆ ਹੁਣ ਕੀ ਕਰਨਾ ਚਾਹੁੰਦੇ ਮੈਂ ਨਾ ਮੇਰਾ ਇੱਕ ਦੋਸਤ ਹੀ ਸੁਦਾਗਰ ਸਿੰਘ ਕਰਾ ਲੰਡੇ ਆਉਂਦਾ ਆਪਣੇ ਜਿਹੜੇ ਹੈਗੇ ਨੇ ਮੋਗੇ ਦੇ ਵਿੱਚ
उन्होंने कितने अपने पिंड का ना कुर्सीनामा जहाँ तैयार किया। अच्छा, मेरा पिंड बहुत ज़्यादा बड़ा। आराम इस बार जो मैं आया 5.5 महीने की छुट्टी, मैं आना ही आना, मैं 5.5 महीने इतने रहना, 6.5 महीने इतने रहना। मैं डरद डरद हथ ना पाव कुर्सीनामे कुर्सीनामे, पर फिर जो मैं शुरू कर लिया ना, साढ़िया तीन पत्तियां ने बहुत बढ़िया, तिना ही पत्तियां के पांच थोड़े ने ते हड़ा वाले ने जोड़े पिछों आके बसे ने है साढ़े को पिछों आए। तो असं भरेमल की औलाद हाँ, तो भरेमल की औलाद के जोड़े जोड़े तीन मुंडे से बशारा चंदू तो आसा, तो इन दहाँ पांच मुंडे कुदरती है, तो उन्होंने पांच मुंडिया के पांच थोड़े बन गए। इन तीन ही पत्तियों के बच्चे बाहरों आए घर के भी बसे हुए हला वाले जिन्होंने कहने अस, वो हला वाले की कृपा ने सही मतलब एड्डा बड़ा विस्तार से, मैं जानी बिच बचाले डरन लग्या थी भी मैं रब कर लूँगा कर लू, पर हूँ मैं इन्नी खुशी होया भी मैं इन्नी सख्त मेहनत की। मैं पांच छे पीढ़ियाँ सत पीढ़ियाँ तक उन्होंने कुर्सीनामा तैयार करके अगलियाँ पांच छे पीढ़ियाँ तीन पीढ़ियाँ तक जोड़ा जो बच्चे जमे हुए थे उन्होंने तक मैं लाया और लिया के जानी हर एक पत्ती का हूँ केवल आसा पत्ती के हला वाले रेंगे ने पांच चार खड़े रहते। उस तो बाद रविदास भाईचारा दूजा भाईचारा भी जोड़ा है, मैं अगली बार आके उन्होंने भी सारा कुर्सीनामा तैयार करके ता किताब छपाऊंगा। मैं वह नाम रखना है रामपुर की डिक्शनरी, रामपुर की डिक्शनरी। एक बार एक मेरा होर भी लिखने जी कर रहा है, मैं अपने जीवन के बच्चे एक मैं थोड़ा गल बड़ी देर रात मैं दसना चाहूँगा कि मैं टीचर से बात कर रहा बहुत वधिया इंग्लिश का टीचर से मेरे नाल ईरखा करने वाले बहुत होंगे एक तो ईरखा एक जो शिकारी थी ना बच्चिया के स्कूलों में मास्टर उन्होंने मेरी मेरा सदा ही बहुत काम चलती रही है। उन्होंने मेरी भी बस करा के रखी है, मैं हाली बहा पानी मैनू भी पूरा पाया पर मैं अंत में जित ली हर थों यानी इस गल च मेरा विरोधी सरपंच मेरे पिंड से जिदन मैं रिटायर हुआ तो उदन यह कहा कि भाई सुखमिंदर इस स्कूल साढ़े कुड़ियों के पति ढाल थी अभी तक असं स्कूल नहीं आ गए बड़े 16 साल हो गए इन आए अज तो बाद असं स्कूल गेड़ा पाया यानी विरोधी सरपंच कह रहा मेरा यानी अच्छा फिर एक गल बाकी का दोस्त या भाईचारे ये मित्र चलते ही रहते हैं तो बाकी का यूँ जरूर है भी मैं अपना जीवन कंध जरूर कोशिश करूँगा भावें वो कोई एडा खास नहीं है पर जड़े जड़े ना कमज़ोर बंदे ने उन्होंने तकड़े होने की मदद बहुत क्योंकि मैं सदा ही माड़िया की मदद की है माड़िया की मदद करके तकड़िया का फिर गुस्सा तो सहारा नहीं बनता बिल्कुल मैं विरोध सहारिया तो मैं उस विरोध ही लिखे थोड़े को बैठे। फिर एक गल जी है मैं जीवन में 1953 तो लैके अज तक एक्सरसाइज लगातार कर अज सवेरों भी मैं पूरी एक्सरसाइज करता एक बदकिस्मती यह होगी कनेडा च रहते रहते टेंशन मैं सदा ही रहनी उस टेंशन नाल मैं कैंसर हो गया ब्लड कैंसर ब्लड कैंसर मैं 2013 के अंत 2014 जो मैं पता लग्या भी मैं कैंसर हो गई एक डॉक्टर से जगदेव सिंह सेखू उन्होंने उन्होंने को मैं कहना भी गल ये है फिर ना छपी मैं तेन बिल्कुल नौ पर नौ करके तो डॉक्टर साहब देखता मैं मेरे प्यार में चलो अच होर गल हो क्यों जो मेरे कीमो थेरेपी लगती गई मेरा हाल इन्ना बुरा हो गया भाई जोड़ा भी मैंने देखता कि हम कि वैसे का कोई छेत बहुत ज़्यादा मेरे पट जोड़े से ना हड के उत्ते चम लमकता होंगे ये सब कुछ खत्म हो गया मेरिया अफवाह आ मेरी चमड़ी दोबारा आई हुई सारी चमड़ी इन्ना कीमो ने मेरे अंदरों जहर कटिया ना हिंसिया ने मैं भर गया कर जो मैंने देखा करे मैं हर कोई बंदा कह करे यार ठीक है जी
मेरे को हर कोई बंदा आता हस जाता लेकिन मैं नहीं पूछ सकता। चलो मेरी एक विद्यार्थी जी घर से उत्तर गल करते फोटस के मैंने कहा जी अंकल जी भी नौवें टीके तो बाद मैं बाहर बेड़े च बैठा हूँ तुम ये कह लो भी पांच छे गज की दूरी से मेरा इस तरह हूँ मेरी बैठक इतना इतों करा के गया मैं जानी तीन बार मैं दम लैके अपने मंजे तक जिदन नौवा टीका लग गया मैं अपना बड़ा मेरा 75 फुट की कॉर्नर है 75 फुट है मैं क्यों लग्या सी बिल्कुल तुरन तो मैं घर देना थक जाओगे तुम बह जाओ दसवां टीका लगन तो बाद मैं 5 किलोमीटर की सैर कर ग्यारहवां टीका बारहवां टीका जो बारहवां टीका लग गया ना तो मैं कहता नमस्ते जी तो तुम बिल्कुल क्लीयर हो मैं सर्टिफिकेट का तैयार करता जो तुम्हें मेरे को मैं आए साल वो जाना तो मैं सदा ही यह कहना होंगे यार तू हूँ मेरे को करना उन्हें मैं उन्होंने बेनती करता हूँ भी मैं तो थोड़ी कैश कर तुम मैं चेक करो दोबारा पैसे का की है ये 500-600 थोड़ी फीस है 1700-1800 बाकी के सारे टोटल सारे शरीर की चैकिंग की है मैं तो फिर दर्शन करना तो हूँ भी मैं आ जाने तो पहला उन्होंने दर्शन करके जाने उत्थे जी मेरी चैकअप हो रही है मेरी एक्सपर्ट है जी उन्हें मैंने एक दिन कोई गल कही मेरी कुड़ी को सुना के कहती अज तक मैं यहाँ बंदा नहीं कोई देखा जरा एडी छेती है और ये बंदा कमाल है बी जिन्हें प्रवाही नहीं की कि ब्लड कैंसर की मैं कहती कदों मुड़ के आएगा मैं कहा 20 मेरे तो 20 निकल गया जाना 24 है कहती मैं तेरी 27 की अपॉइंटमेंट कर दी अच्छा जी उत्थे जाते ने मैं सीधा वो को जाना उन्हें मैनू सारा मेरा चैक करना चैक करके फिर मैंने कहना अच्छा ठीक है हूँ 6 महीने बाद आएंगे इस तरह मेरी चैकिंग इतने भी चल रही है इतने मैं आप करवाना उत्थे वो कर दी है बड़ी वो पिछा नहीं छड़ दे बंदे का जान कुछ है उन्होंने की दसिया कर कहती जी भाई जीवन जोड़ा मेरा है ठीक है भाई हूँ सौखा लगता मेरे पर मैं बड़ी औखी कर दी चलो असी दुआ करते हैं कदे कदे तो एक्चुअली मैं रो पैदा होना घर बैठा भी सारा आ समझ देखे कद ठीक है हूँ मैं अगे नो सख्त तो नहीं कहा जा सकता सख्त नहीं हूँ मैं कमजोर हूँ अज तुम नोट किया जो तो मैं खड़ा गा रहा था ना मेरे देखे उत्थे भी जगराऊँ भी इतने मैं बैठ के वधिया गा लिया सवेर वाले मैं डेली अभ्यास कर रहा पहला तो मैंने हो गया कि मैं गा ही नहीं सकता क्योंकि मेरे काउंसल ने बिल्कुल काफ करते कि कीमत रखनी मैं कविता लिखन लग गया थी मैं इन्ह पिछले दिनों के बेच एक किताब पूरी कविता ही लिखती मैं हूँ मेरे गाता गाता हूँ पर नहीं मैं फिर गाँव लग मैं पिछले गीत जोड़े मेरे पूरे साल से ना मेरे लगभग मेरे सारे गीत जवानी हो जाते मैं कहीं तुम बिना परची मैं गल कद कदे ना मेरे हम नौ ने जमें मैं हालांकि मैं नौजवान रविंदर रविंदर लेकिन मैं कई बार बैठा पर जाने जा रहा क्यों नौ यार चंगा भला याद से क्यों सी जान आ मेरे हाल हालत बनते पर एक गल अभ्यास जरूर मैं करना बी थोड़ी कृपा के नाल दोस्तों की कृपा के नाल दुआवां नाल कह लो मेरे असल में मेरे विद्यार्थी मेरे मेरिया दुआवां तो मेरे विद्यार्थी मेरे पिंड जिधर तो मैं निकलता ना हाथ में जा सवेर को मैनू 5-7-10 ससुरीकाल बोलनी ही बोलनिया ने ईवन मेरे पिंड दी जिहड़ियां बीबियां भी ने अपनियां भरजाई तो मेरी है जिहड़ियां कुछ छोटिया ने नौहारा वगैरह वो सारे ससुरीकाल कर लगे एक दो चाचिया है उन्होंने मैं ससुरीकाल सवेर की सैर सब मेरा जोड़ा उठों का टाइम टेबल है ना मेरी टोटली टाइम टेबल लाइफ है जी मैं थोड़ा दसना चाहना भी जीवन के अगर तुम लंबी उम्र पानी है ना अपनी अपने जीवन का कोई टाइम टेबल बनाओ मैं अज इतें आ गया
ਲੇਕਿਨ ਜੇ ਮੈਂ ਇੱਥੇ ਨਾ ਹੁੰਦਾ ਤਾਂ ਮੈਂ ਪਿੰਡ 'ਚ ਗਸ਼ਤ ਕਰਦੇ ਫਿਰ ਉਹਨਾਂ ਦੀ ਬਰਾੜਾ ਦਾ ਕਰਕੇ ਆਵੇ ਜਾਂ ਉਹਨਾਂ ਦੇ ਬੁਰੇ ਬੁਰੀ ਬੁਰੀ ਲਿਆਓ ਜਾਂ ਬੁਰੀ ਲਿਆਓ ਰੱਸੀਨਾਮਾ ਤਿਆਰ ਕਰਦਾ ਡੈਡੀ ਮੈਂ ਪਰਵਾਹ ਹੀ ਨਹੀਂ ਕੀਤੀ ਹੈਗੀ ਗਰਮੀ ਦੀ ਮੈਂ ਨਹੀਂ ਪਰਵਾਹ ਕਰਦਾ ਜਮਾਂ ਮੈਂ ਖੇਤੀ ਕੀਤੀ 2 ਸਾਲ ਜੱਟਾਂ ਨੂੰ ਅਣਦਾ ਨੇ ਸਭ ਕੁਛ ਕਰਤਾ ਵੀ ਖੇਤੀ ਐਂ ਕਰੀ ਦੀ ਫਿਰ ਜਦੋਂ ਦੇਖਿਆ ਨਾ ਵੀ ਮੇਰੀ ਪੜ੍ਹਾਈ 'ਚ ਲਿਖਾਈ 'ਚ ਵਿਘਨ ਪੈਂਦਾ ਮੈਂ ਫਿਰ ਆਪਣੇ ਘਰ ਵਾਲੀ ਨੂੰ ਕਹਿੰਦਾ ਹੋਇਆ ਰਹਿੰਦਾ ਵੀ ਛੱਡੋ ਪਰ ਕੀ ਇਹੋ ਜਿਹੀ ਗੱਲ ਆਪਣੇ ਠੀਕ ਹੈ ਪੈਸੇ ਨਹੀਂ ਹੈਗੇ ਤਾਂ ਫਿਰ ਚਲੋ ਮੇਰੀ ਬੇਟੀ ਉੱਧਰ ਗਈ ਸੀ ਉਹ ਵੀ ਪੜ੍ਹਨੀ ਕਰਦੀ ਸੀਗੀ ਅਤੇ ਟੀਚਰ ਇੱਧਰ ਅਪੁਆਇੰਟਮੈਂਟ ਹੋ ਗਈ ਸੀ ਲੇਕਿਨ ਅਪੁਆਇੰਟਮੈਂਟ ਉਦੋਂ ਹੋਈ ਜਦੋਂ ਗਿਆ ਹੋਊਗਾ ਮੈਂ ਕਿਹਾ ਜੇ ਕਿਤੇ ਪਹਿਲਾਂ ਆ ਜਾਂਦੇ 3 ਮਹੀਨੇ ਅਪੁਆਇੰਟਮੈਂਟ ਮੇਰੀ ਮੈਂ ਕਿੱਥੇ ਕੁੜੀ ਨੂੰ ਭੇਜਣੀ ਉੱਥੇ ਇੱਥੇ ਮੁੰਡਾ ਮੈਂ ਮੇਰੀ ਕੁੜੀ 5 ਫੁੱਟ 8 ਇੰਚ ਹੈ ਬੇਅੰਤ ਇੰਟੈਲੀਜੈਂਟ ਹੈ ਮੈਂ ਤਾਂ ਮੈਂ ਹੱਥ ਮਾਰ ਕੇ ਜਿਹੜਾ ਸਾਇੰਸ ਵਾਲਾ ਮੁੰਡਾ ਉਹਦੇ ਲੈ ਲੈਂਦੀ ਭੇਜਦੇ ਜਿਵੇਂ ਮਰਜ਼ੀ ਹੈ ਸਕੂਲ ਖੋਲ੍ਹ ਕੇ ਜਿਹੜਾ ਮਰਜ਼ੀ ਕਰਦੇ ਚਲੋ ਉਹ ਹੁਣ ਵੀ ਉੱਥੇ ਉਹਨੇ ਬੜੀ ਮਿਹਨਤ ਕੀਤੀ ਹੈ ਬੜੀ ਸੈੱਟ ਹੈ ਕੁੜੀ ਉਹਦੇ ਕੋਲ ਚਲੇ ਗਿਆ ਉਹਦੇ ਕੋਲ ਰਹਿਣਾ ਉੱਤੇ ਉਹਨੇ ਥੱਲੇ ਮੈਂ ਥੱਲੇ ਉਹਨਾਂ ਉੱਥੇ ਵੀ ਟਾਈਮ ਟੇਬਲ ਮੇਰਾ ਉੱਥੇ ਵੀ ਉਵੇਂ ਹੀ ਹੈ ਐਗਜੈਕਟ 6:30 ਵਜੇ ਮੇਰੀ ਰੋਟੀ ਆ ਜਾਣੀ ਹੈ ਜਾਣੀ ਲੇਟ ਨਹੀਂ ਹੋਣੀ ਮੈਂ ਆ ਕੇ 6:30 ਵਜੇ ਖਾਣੀ ਹੈ ਜਾਣੀ ਇਸ ਤਰ੍ਹਾਂ ਦੇ ਨਾਲ ਮੇਰਾ ਜੀਵਨ ਟਾਈਮ ਟੇਬਲ ਦਾ ਉੱਥੇ ਜਿਹੜੀ ਸੀਨੀਅਰ ਕਲੱਬ ਹੈ ਮੈਂ ਉਹਦਾ ਪ੍ਰਧਾਨ ਹਾਂ 6 ਸਾਲ ਜਦ ਤੋਂ ਮੈਨੂੰ ਪੈਨਸ਼ਨ ਲੱਗੀ ਹੈ ਨਾ ਮੈਂ ਜੁਰਮਾ ਕਰਦਾ ਬਥੇਰੀਆਂ ਮਿਹਨਤਾਂ ਕਰਦਾ ਵੀ ਮੈਂ ਤਾਂ ਬਾਈ ਲਾਇਬ੍ਰੇਰੀ ਵਾਲਾ ਬੰਦਾ ਤੁਸੀਂ ਮੈਨੂੰ ਕਹਿੰਦੇ ਕੰਮ ਤੋਂ ਬੰਦ ਪਰ ਉਹਨਾਂ ਨੂੰ ਉਲਟਾ ਮੈਂ ਫਸਾ ਲਿਆ ਅੱਜ ਕੱਲ੍ਹ ਮੈਂ ਉਹਨਾਂ ਉਹ ਕਵਿਤਾ ਇੱਥੇ ਅਸੀਂ ਫੰਕਸ਼ਨ ਕਰਦੇ ਹਾਂ ਆਈ ਵੀਰਵਾਰ ਉਹ ਇਹਦੇ ਕਹਿਣ ਕੋਲ ਕਵਿਤਾ ਵੀ ਸੁਣਾਉਂਦੇ ਨੇ ਕਿਤੇ ਚੁਟਕਲੇ ਸੁਣਾਉਂਦੇ ਨੇ ਉਹਦਾ ਮੈਂ ਚਰਨ ਪੜ੍ਹਨੇ ਸਾਰੇ ਮੈਂ ਕਿਹਾ ਮੇਰੇ ਤਾਸੇ ਤਾਂ ਨਹੀਂ ਕੱਢਣ ਆਏ ਜਨਮ ਦਿਨ ਆਏ ਲਾਸਟ ਵੀਰਵਾਰ ਕਿਹੜਾ ਹੁੰਦਾ ਅਸੀਂ ਸਾਰੇ ਜਿੰਨੇ ਦੋਸਤਾਂ ਦੇ ਜਨਮ ਦਿਨ ਆਏ ਹੁੰਦੇ ਨੇ ਮਹੀਨੇ 'ਚ ਸਾਰਿਆਂ ਨੂੰ ਜਨਮ ਦਿਨ ਮਨਾਉਂਦੇ ਹਾਂ ਉਦੋਂ ਫਿਰ ਆ ਅਮਰਿੰਦਰ ਦੀਪ ਨੂੰ ਕਦੇ ਸੱਦ ਲੈਣਾ ਕਦੇ ਸਾਡੇ ਉੱਥੇ ਬਾਬੂ ਰਾਮ ਬਾਬੂ ਸਿੰਘ ਖਾਲਸੀ ਆ ਉਹਨੂੰ ਸੱਦ ਲੈਣਾ ਕਦੇ ਕਿਸੇ ਹੋਰ ਨੂੰ ਸੱਦ ਲੈਣਾ ਕਹਿੰਦੇ ਕਵਿਤਾ ਕਵਿਤਾਵਾਂ ਸੁਣੇ ਇਹਨਾਂ ਨੇ ਅਮਰਿੰਦਰ ਦੀਪ ਨੂੰ ਕਈ ਵਾਰ ਸੱਦਿਆ ਮੈਂ ਯਾਨੀ ਉਹਨਾਂ ਨੂੰ ਵੀ ਚਾਲੂ ਕੱਢਿਆ ਵੀ ਤੁਸੀਂ ਇੱਧਰ ਨੂੰ ਮੁੜੋ ਉਹ ਕਿਤਾਬਾਂ ਪੜ੍ਹਦੇ ਜੀ ਇਹ ਵੀ ਗੱਲ ਨਹੀਂ ਕਦੇ ਮੈਨੂੰ ਮੇਰੇ ਕੋਲ ਉੱਥੇ ਵੀ ਲਾਇਬ੍ਰੇਰੀ ਹੈਗੀ ਉੱਥੇ ਵੀ ਮੈਂ ਸੋ ਇਉਂ ਹੈ ਕੱਲ੍ਹ ਵੀਰ ਵੀ ਯਾਨੀ ਜੀਵਨ ਦੇ ਵਿੱਚ ਨਾ ਠੀਕ ਹੈ ਮਿਹਨਤ ਦਾ ਮੁਲਤਾ ਨਹੀਂ ਮੈਨੂੰ ਪੂਰੀ ਉੱਥੇ ਰੈਗੂਲੇਸ਼ਨ ਮਿਲੀ ਹੈ ਪਰ ਇੱਕ ਗੱਲ ਹੈ ਉੱਥੇ ਮੇਰਾ ਮੁਕਾਬਲਾ ਅਗਰ ਇੱਥੇ ਹੁੰਦਾ ਨਾ ਮੈਂ ਗੀਤ ਵਿੱਚ ਬਹੁਤ ਅੱਗੇ ਜਾਣਾ ਸੀ ਅਤੇ ਮੈਨੂੰ ਘਾਟਾ ਕਰ ਲਿਆ ਅਤੇ ਠੀਕ ਹੈ ਵੀ ਮੈਂ ਆਪਣੇ ਪਰਿਵਾਰ ਨੂੰ ਉੱਥੇ ਚੱਕ ਕੇ ਲੈ ਗਿਆ ਕਾਫੀ ਕੁਛ ਮੈਂ ਇੱਧਰ ਪਿੱਛੇ ਰਹਿ ਗਿਆ ਅਤੇ ਮੈਨੂੰ ਮੇਰਾ ਅਹਿਸਾਸ ਹੈ ਪੂਰਾ ਜਦੋਂ ਮੈਂ ਇੱਥੇ ਆਉਣਾ ਮੈਂ ਇੱਥੇ ਕਿਉਂ ਲਿਖਦਾ ਉੱਥੇ ਕਿਉਂ ਲਿਖਦਾ ਉੱਥੇ ਇਹ ਨਹੀਂ ਕੁਛ ਉੱਥੇ ਕੁਛ ਸੁਣਾ ਦਿਉ ਬਾਬਾ ਜੀ ਬਾਹ ਜਦੋਂ ਲਿਖਾ ਦਿੱਤਾ ਰਾਮਪੁਰ ਸਦਾਈ ਦੇ ਵਿਖ ਲਾਉਂਦੇ ਨੇ ਅਗਲੇ ਇਕੱਲੇ ਇਕੱਲੇ ਦਾ ਉਹਦੇ ਕਹਿਣ ਤੋਂ ਅਸੀਂ ਵਿਚਾਰ ਪੇਸ਼ ਚਲੋ ਬਹੁਤ ਮਿਹਰਬਾਨੀ ਆ ਤੁਹਾਡੀ ਦੁਆ ਕਰਦਾ ਵੀ ਤੁਸੀਂ ਹੋਰਾਂ ਦੋਸਤਾਂ ਨੂੰ ਵੀ ਲਾਈਮ ਲਾਈਟ ਚ ਲਿਆਓ ਕੀ ਬਾਤ ਹੈ ਬਾਏ ਜੀ ਬਹੁਤ ਬਹੁਤ ਧੰਨਵਾਦ।